छोटे साहिबजादियां दी शहीदी नूं समर्पित ट्रक यूनियन रामपुरा फूल वालों हर साल दी तरह इस साल भी श्री अखंड पाठ साहिब दे भोग पाए गए। इस मौके पंजाब सरकार दे कैबिनेट मंत्री सरदार गुरप्रीत सिंह कांगड़ ने विशेष तौर ते शिरकत कीती। सरदार कांगड़ ने गुरु दी हजूरी विच मत्था टेकिया ते सरबत दे भले लई अरदास कीती। रागी सिंघां दे वल्लों रस पिंडा कीर्तन करके आईआं होईआं संगतां नूं निहाल कीता गया। ट्रक यूनियन दे प्रधान भरपूर सिंह पूरा ने जानकारी दिंदिआं दस्सिआ कि ट्रक यूनियन वल्लों हर साल दसां नौहां दी किरत कमाई दे विचों दसवां रसौन कढ के छोटे साहिब ਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਨੇ ਤਾਂ ਜੋ ਵਾਹਿਗੁਰੂ ਸਰਬੱਤ ਸਾਧ ਸੰਗਤ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਬਣਾਈ ਰੱਖਣ। ਇਸ ਮੌਕੇ ਸ਼੍ਰੀ ਮੰਗਤ ਰਾਮ ਬਾਂਸਲ ਸਾਬਕਾ MLA ਬੁੱਢਲਾਡਾ, ਸਰਦਾਰ ਜਗਦੀਪ ਸਿੰਘ ਨਗਈ ਸਾਬਕਾ MLA ਜੋਗਾ, ਸੰਜੀਵ ਟਿੰਗਰਾ ਟੀਨਾ ਚੇਅਰਮੈਨ ਮਾਰਕੀਟ ਕਮੇਟੀ, ਰਕੇਸ਼ ਸਹਾਰਾ, ਕਰਮਜੀਤ ਸਿੰਘ ਖਾਲਸਾ ਆਦਿ ਨੇ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਈ। ਸਾਰਿਆਂ ਨੂੰ ਪਹਿਲਾਂ ਮੈਂ ਫਤਿਹ ਬੁਲਾਉਣਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਮਿਲ ਗਏ। ਅੱਜ ਕਾਟੀ ਦੇ ਵਿੱਚ ਸਲਾਨਾ ਪਿਛਲੇ ਸਾਲ ਵੀ ਆਏ ਸਾਲ ਗੁਰੂ ਮਹਾਰਾਜ ਦਾ ਵੱਡਾ ਸਵਾ ਲੈ ਜਾਂਦਾ ਤੇ ਖੁਸ਼ੀਆਂ ਸੰਤ ਪਾਤ ਨੂੰ ਪ੍ਰਕਾਸ਼ ਕਰਾਏ ਜਾਂਦੇ ਭੋਗ ਪਾਏ ਜਾਂਦੇ। ਅੱਜ ਉਸੇ ਪ੍ਰਕਿਰਿਆ ਦੇ ਮੁਤਾਬਕ ਹੀ ਸਾਡੇ ਪ੍ਰਧਾਨ ਭੁੱਗਾ ਸਿੰਘ ਨੇ ਸਮੁੱਚੀ ਉਹਨਾਂ ਦੀ ਕਮੇਟੀ ਨੇ ਅੰਮ੍ਰਿਤਸਰ ਸਾਹਿਬਾਨਾਂ ਨੇ ਟਰੱਕ ਡਰਾਈਵਰ ਸਾਹਿਬਾਨਾਂ ਨੇ ਅੱਜ ਗੁਰੂ ਮਹਾਰਾਜ ਸਾਹਿਬ ਦਾ ਉਹ ਆਸਰਾ ਲਿਆ। ਮੈਂ ਵੀ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੁੰਦਾ ਹੋਇਆ ਪਰਮਾਤਮਾ ਦੀ ਅਰਦਾਸ ਕਰਦਾ ਸੱਚਾ ਪਾਤਸ਼ਾਹ ਵਾਹਿਗੁਰੂ ਇਸ ਯੂਨੀਅਨ ਨੂੰ, ਇਸ ਪ੍ਰੋਗਰਾਮ ਨੂੰ, ਇਸ ਗ੍ਰਹਿਣਾਂ ਨੂੰ ਜਿਹੜੇ 24 ਘੰਟੇ ਆਪਣੀ ਦਸਾਂ ਦੀ ਕਿਰਤ ਕਮਾਈ ਸਟੇਰਿੰਗ ਤੇ ਬਹਿ ਕੇ ਬੜੀਆਂ ਦੂਰ ਦਰੇੜੀਆਂ ਲੰਘਾਂ ਵਾਟਾਂ ਚਲਾਉਂਦੇ ਨੇ ਸੱਚਾ ਪਾਤਸ਼ਾਹ ਤੁਸੀਂ ਇਹਨਾਂ ਦੇ ਅੰਗ ਸੰਗ ਰਹਿਣਾ ਤਾਂ ਟ੍ਰੈਫਿਕ ਦਾ ਵੀ ਬੜਾ ਮਾੜਾ ਹਾਲ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਜਦੋਂ ਸਾਰੇ ਸੇਵਕ ਦੇ ਰੂਪ ਵਿੱਚ ਗੁਰੂ ਮਹਾਰਾਜ ਨੂੰ ਅਰਦਾਸ ਕਰਦੇ ਨੇ ਤੇ ਸੱਚਾ ਪਾਤਸ਼ਾਹ ਵਾਹਿਗੁਰੂ ਵੀ ਉਹਨਾਂ ਦੇ ਅੰਗ ਸੰਗ ਰਹਿੰਦਾ। ਸੋ ਮੈਨੂੰ ਪਹਿਲਾਂ ਮੈਂ ਦੱਸਿਆ ਗਿਆ ਬੜੀ ਵਧੀਆ ਯੂਨੀਅਨ ਚੱਲਦੀ ਹੈ ਆਸੇ ਪਾਸੇ ਵੀ ਇਸ ਯੂਨੀਅਨ ਦੀਆਂ ਉਦਾਹਰਣਾਂ ਔਰ ਗੱਲਾਂ ਕਰਦੇ ਨੇ ਲੋਕ ਕਿ ਤੁਹਾਡੀ ਜਿਹੜੀ ਦਾਦੀ ਨੂੰ ਰਾਮਪੁਰਾਦੀ ਹੈ ਤੇ ਬਹੁਤ ਵਧੀਆ ਢੰਗ ਨਾਲ ਤੇ ਬੜੇ ਭਾਈਚਾਰਕ ਤੌਰ ਤੇ ਸਾਂਝ ਨਾਲ ਚੱਲਦੀ ਆ। ਮੈਂ ਕਦੇ ਵੀ ਵੇਖਿਆ ਸੀ ਕਿ ਕਿਤੇ ਵੀ ਕਿਸੇ ਆਪਰੇਟਰ ਦਾ ਜਾਂ ਕਿਸੇ ਡਰਾਈਵਰ ਦਾ ਕਦੇ ਇਹ ਯੂਨੀਅਨ ਕਿਸੇ ਕਿਸਮ ਦਾ ਰੌਲਾ ਪਿਆ ਹੋਵੇ ਤਾਂ ਸਾਡੇ ਸਰਕਾਰ ਦੇ ਸਾਰੇ ਜਾਣੀ ਜਿਹੜੇ ਮੂਲਭੁਤ ਸੱਜੇ ਨੇ ਸਾਡੇ ਬੇਸ਼ੱਕ ਦੀ ਉਹ ਕਈ ਵਾਰੀ ਸਾਡੇ ਪ੍ਰਧਾਨ ਵੀ ਰਹੇ ਨੇ ਅੱਜ ਇਸ ਯੂਨੀਅਨ ਦੇ ਨਾਲ ਫੇਰ ਮੋਢਿਆਂ ਮੋਢਾ ਲਾ ਕੇ ਚੱਲਦੇ ਨੇ। ਕਰਮਜੀਤ ਹੋਣੀ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਤੇ ਸਾਰੇ ਜੋ ਭਰਾ ਆਪਦਾ ਉਹਨਾਂ ਨੂੰ ਜੋੜ ਕੇ ਜੇ ਵੀ ਕੋਈ ਸਮੱਸਿਆ ਹੁੰਦੀ ਹੈ ਉਹਨੂੰ ਹੱਲ ਕਰ ਲੈਂਦੇ ਨੇ। ਸੋ ਬੜੀ ਚੰਗੀ ਗੱਲ ਹੈ, ਖੁਸ਼ੀ ਦੀ ਗੱਲ ਹੈ। ਸੋ ਮੈਂ ਅੱਜ ਜਿੰਨੇ ਵੀ ਯੂਨੀਅਨ ਦੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬ ਨੂੰ ਚੇਚੇ ਤੌਰ ਤੇ ਬਹੁਤ ਬਹੁਤ ਵਧਾਈ ਦਿੰਦਾ। ਅੱਜ ਪ੍ਰਮਾਤਮਾ ਵਾਹਿਗੁਰੂ ਨੇ ਅੱਜ ਸਾਰੀ ਸੰਗਤ ਵੱਡੀ ਤਲਾਅ ਦੇ ਵਿੱਚ ਆਏ ਹੈ ਐਕਟੀਆਂ ਵੇਖ ਰਹੇ ਹੈ। ਬਹੁਤ ਵੱਡੀ ਗਿਣਤੀ ਤੁਸੀਂ ਅੱਜ ਇੱਥੇ ਪ੍ਰਮਾਤਮਾ ਵਾਹਿਗੁਰੂ ਦਾ ਸ਼ਰਾਨਾ ਕਰਨ ਵਾਸਤੇ ਹਾਜ਼ਰ ਹੋਏ ਹੈ। ਅਸੀਂ ਸਾਰੇ ਜਣੇ ਵੀ ਜਿੰਨੇ ਵੀ ਤੁਹਾਡੇ ਬੈਠੇ ਹੈ ਅਸੀਂ ਵੀ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੋਣ ਵਾਸਤੇ ਹਾਜ਼ਰ ਹੋਏ। ਸੋ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕੇ ਅੰਗ ਸੰਗ ਰਹੇ ਤੇ ਤੁਹਾਨੂੰ ਤਰੱਕੀਆਂ ਬਖਸ਼ੇ ਇਹਨਾਂ ਗੱਲਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਅਸੀਂ ਰਾਮਪੁਰਾ ਟਰੱਕ ਯੂਨੀਅਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਸਰਬੱਤ ਦੇ ਭਲੇ ਲਈ ਸਰਦਾਰ ਭਰਪੂਰ ਸਿੰਘ ਜੀ ਪੁਰਕ ਗਿੱਲ ਜੋ ਕਿ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਸਾਹਿਬ ਉਹਨਾਂ ਦੀ ਯੋਗ ਅਗਵਾਈ ਹੇਠ ਅਖੰਡ ਪਾਠ ਸਾਹਿਬ ਤਿੰਨ ਰੋਜ਼ ਤੋਂ ਪ੍ਰਕਾਸ਼ ਹਨ ਜੋ ਕਿ ਅੱਜ ਭੋਗ ਪਾਏ ਜਾਂਦੇ ਹਨ। ਅਸੀਂ ਗੁਰੂ ਮਹਾਰਾਜ ਅੱਗੇ ਇਹੀ ਅਰਦਾਸ ਬੇਨਤੀ ਚੌਧਰੀ ਕਰਦੇ ਹਾਂ
की शुरुआत खास संगत के सिर से मेहर भरिया हाथ रखना, परिवार अतवाक कत्रता एकता बनाई रखना, जो कि खजानी संघर्ष चल रहा है ये वास्ते भी असि महाराज अगे अरदास चौधरी करते हैं कि सच्चे पातशाह इस संघर्ष भी उन्होंने किसान मजदूर वीर संघर्ष की जित वाल दवाए जो कि इस टाइम नपेड़िया पाया है। सो वाहगुरु हरेक परिवार से मेहर भरे हाथ रखे, जो कि नवा साल साढ़े रूहों से आने वाला है, हरेक घर के खुशियां खेड़े एकता लेके आवे। छोटे साहबजादियों की समर्पित असी सारे शीश चढ़ाते हैं। वाहगुरु जी का खालसा, वाहगुरु जी। रामपुरा फूल तो जसवीर औलप की विशेष रिपोर्ट, NC7 न्यूज। Are you worried about your child's future? Then here is a golden chance to join Doon Senior Secondary Public School for bright future of your child. Best education is provided here with reasonable fee structure, finest environment, well-managed labs of physics, chemistry and biology, special quota classes for plus one and plus two students. Admission open from now for nursery to 9th and plus one in commerce, arts and medical stream. Join Doon Senior Secondary Public School, Karyadwala, District Bathinda. Contact on 94179-40107 and 9988-472857.